ਸਾਰਾ ਡਿਸਟ੍ਰਿਕਟ ਕਠੂਆ ਦਾ ਪੁਰਾਣਾ ਹਸਪੀਟਲ ਹੈ, ਜੱਚਾ ਬੱਚਾ ਹਸਪੀਟਲ ਖੁੱਲ੍ਹਿਆ। ਇਹਦੇ 'ਚ 20 ਬਾਈ ਪੋਸਟਾਂ ਹੀ ਆ, 20 ਬਾਈ ਪੋਸਟਾਂ ਹੀ ਆ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮਹਾਤਮਾ ਗਾਂਧੀ ਦੀ ਗੱਲ ਕਰਨਾ। ਹਾਂਜੀ, ਇਹ ਵੀ ਮੈਂ 8-10 ਕਿੰਨੇ ਹੀ ਆ ਮਿਹਨਤ ਕਰਦੇ, ਨੋ ਸਪੋਰਟ ਫਰਮ ਲੋਕਲ ਪੀਪਲ। ਠੀਕ ਹੈ ਸਰ, ਇਹ ਕਿੱਥੇ ਹੈ? ਮੈਂ ਬਾਅਦ 'ਚ ਕਰਨਾ ਕਰਦਾ। ਜਿਹੜਾ ਹਸਪੀਟਲ ਹੈ ਇਹ ਖੁੱਲ੍ਹਿਆ ਹੈ ਜੱਚਾ ਬੱਚਾ ਹਸਪੀਟਲ, 20 ਬਾਈ ਪੋਸਟ ਆਈ। ਅੱਜ ਇੱਕ ਡਾਕਟਰ ਇੱਥੇ ਬੈਠਾ ਹਸਪੀਟਲ 'ਚ। ਇਹ ਪੂਰਾ ਟਾਊਨ ਹੈ, 1 ਲੱਖ ਦੇ ਕਰੀਬ ਆਬਾਦੀ ਹੈ, ਔਰ ਜਿਹਦੇ ਵਿੱਚ ਸਾਰਾ ਏਰੀਆ ਬਮਿਆਲ, ਜਨਿਆਲ, ਨਰੋਣ ਵਾਲਾ ਏਰੀਆ ਵੀ ਇੱਥੇ ਕਵਰ ਕਰਦਾ ਰਿਹਾ ਸਾਰਾ। ਅੱਜ ਤੁਸੀਂ ਜੰਮੂ ਚਲੇ ਜਾਓ, ਗਾਂਧੀ ਨਗਰ ਹਸਪੀਟਲ, ਸ਼ਾਲਾਮਾਰ ਹਸਪੀਟਲ, ਮੈਡੀਕਲ ਕਾਲਜ, ਇਹ ਤਰੱਕੀ ਹੋਈ ਜੇ ਤਰੱਕੀ ਹੋਈ ਇਸ ਰਾਜ 'ਚ। ਇਹਦੇ ਜਿਹੜਾ ਇੱਕ ਨਿੱਕਾ ਜਿਹਾ ਹਸਪੀਟਲ ਹੈ, ਜਿਹੜਾ ਲੋਕਾਂ ਨੂੰ ਫਸਟ ਏਡ ਮਿਲਦਾ, ਕੋਈ ਬਿਮਾਰ ਹੁੰਦਾ ਇੱਥੇ ਐਂਬੂਲੈਂਸ ਹੁੰਦੀ ਸੀ, ਸਭ ਕੁਛ ਹੁੰਦਾ, ਕੋਈ ਸਿਟੀ 'ਚ ਕੋਈ ਬਿਮਾਰ ਹੋਇਆ ਅਤੇ ਇਮੀਡੀਏਟ ਐਜ਼ ਏ ਮੈਡੀਕਲ ਕਾਲਜ ਵੀ ਰੈਫਰ ਹੈ, ਲੇਕਿਨ ਇੱਥੋਂ ਰੈਫਰ ਉੱਥੋਂ ਹੁੰਦਾ ਮੈਡੀਕਲ ਕਾਲਜ, ਅਤੇ ਮੈਡੀਕਲ ਕਾਲਜ ਲੈ ਕੇ ਕਿੱਥੇ ਆ ਤਰੱਕੀ ਕੀਤੀ ਹੈ। ਇੱਕ ਹਸਪੀਟਲ 2 ਹੁੰਦੇ, 2 ਦੇ 3 ਹੁੰਦੇ, 4 ਹੁੰਦੇ, ਇਹ ਤਾਂ ਉਲਟਾ ਇਹ ਵੀ ਬੰਦ ਕਰਨਾ। ਅੱਜ ਜੋ ਆਪਣੇ ਜਹਾਂ ਆਪਣੇ ਪੂਰਾ ਜੋ ਹਮਾਰਾ ਪੁਰਾਣਾ ਡਿਸਟ੍ਰਿਕਟ ਹਸਪੀਟਲ ਇਸਕੋ ਦੇਖਾ, ਇਹ ਮਹਾਤਮਾ ਗਾਂਧੀ ਹਸਪੀਟਲ, ਜੱਚਾ ਬੱਚਾ ਹਸਪੀਟਲ, ਇਹ ਆਪਕੇ ਸਾਹਮਣੇ ਜਹਾਂ ਪਲੇਟ ਲੱਗੀ ਹੈ, ਜਹਾਂ ਕੇਂਦਰੀ ਮੰਤਰੀ ਅਰਜੁਨ ਸਿੰਘ ਔਰ ਗੁਲਾਮ ਨਬੀ ਆਜ਼ਾਦ ਲਾਲ ਸਿੰਘ ਜਬ ਜਹਾਂ ਮਿਨਿਸਟਰ ਥੇ, ਤੋ ਤਬ ਜੇ ਜੱਚਾ ਬੱਚਾ ਮਹਾਤਮਾ ਗਾਂਧੀ ਹਸਪੀਟਲ ਬਣਾ ਥਾ, ਲੇਕਿਨ 22 ਪੋਸਟਾਂ ਸੀ ਉਸ ਵਕਤ, ਜਹਾਂ ਗਾਇਨਿਕ ਡਾਕਟਰ ਥੇ, ਲੇਕਿਨ ਆਜ ਇਸ ਹਸਪੀਟਲ ਕੀ ਤਬਾਹੀ ਕਰਦੀ ਹੈ, ਔਰ ਕੁਲ ਲੋਕੋਂ ਨੇ ਕੀ ਹੈ ਵੋ ਆਪ ਸਾਰੇ ਲੋਕ ਜਾਣਦੇ ਹੋ, ਕਿਨ ਸਾਲੋਂ ਮੈਂ ਹੋਈ ਹੈ ਵੋ ਵੀ ਆਪ ਲੋਕ ਜਾਣਦੇ ਹੋ। ਅਭੀ ਜਹਾਂ ਬਾਤ ਹੋ ਰਹੀ ਥੀ ਸੋਲਰ ਸਿਸਟਮ, ਜਹਾਂ ਬਿਜਲੀ ਕਾ ਲਗਾ ਹੁਆ ਹੈ ਵੋ ਨਹੀਂ ਚਲਤਾ ਹੈ, ਲੱਖੋਂ ਰੁਪਏ ਖਰਚ ਕੀ ਹੈ, ਜਨਰੇਟਰ ਇਨਕਾ ਨਹੀਂ ਚਲਤਾ ਹੈ, ਲੱਖੋਂ ਰੁਪਏ ਖਰਚ ਕਰਕੇ ਵੋ ਜਨਰੇਟਰ ਲਿਆ ਵੋ ਵੀ ਨਹੀਂ ਚਲਤਾ ਹੈ, ਅਗਰ ਚਲਤਾ ਹੈ ਜੇ ਕਹਿੰਦੇ 3000 ਰੁਪਇਆ ਪਰ ਘੰਟੇ ਕਾ ਤੇਲ ਲੱਗਤਾ ਹੈ, ਸਰਕਾਰ ਕੋ ਪੈਸੇ ਹਮਨੇ ਦੇਣੇ ਹੈ, ਜੋ ਮਰੀਜ਼ ਜਹਾਂ ਆਏਗਾ ਇਲਾਜ ਕਰਵਾਉਣੇ ਪੈਸੇ ਇਹਨਾਂ ਨੇ ਦੇਣੇ ਹੈ, ਉਹ ਤਾਂ ਸਰਕਾਰ ਨੇ ਅਰੇਂਜਮੈਂਟ ਕਰਨਾ, ਅਗਰ ਜਨਰੇਟਰ ਖਰੀਦਾ ਤਾਂ ਤੇਲ ਇਨਕੇ ਬਾਪ ਖਰੀਦ ਕੇ ਦੇਗਾ, ਕੌਣ ਦੇਗਾ ਤੇਲ ਇਨਕੋ ਖਰੀਦ ਕੇ? ਇਸ ਲਈ ਇਸ ਹਸਪੀਟਲ ਕਾ ਬੇੜਾ ਗਰਕ ਕਰ ਦਿਆ, ਜਹਾਂ 22 ਡਾਕਟਰ ਕੇ ਹੋਤੇ ਥੇ, ਆਜ ਜਹਾਂ ਏਕ ਡਾਕਟਰ ਹੈ ਇਸ ਹਸਪੀਟਲ ਕੇ ਅੰਦਰ, ਰਾਤ ਕੋ ਜਹਾਂ ਐਂਬੂਲੈਂਸ ਹੋਤੀ ਹੈ, ਰਾਤ ਕੇ ਪੂਰਾ ਸ਼ਹਿਰ ਹੈ। ਮੈਂ ਇਨ ਲੋਕੋਂ ਕੋ, ਇਸ ਗੌਰਮੈਂਟ ਕੋ, ਇਸ ਸਰਕਾਰ ਕੋ ਔਰ ਇਸ ਡਾਇਰੈਕਟਰ ਕੋ ਪੁੱਛਣਾ ਚਾਹਤਾ ਹੂੰ ਭਈ, ਇਸ ਜੰਮੂ ਕਸ਼ਮੀਰ ਯੂਟੀ ਕੇ ਅੰਦਰ, ਸਟੇਟ ਕੇ ਅੰਦਰ, ਸਟੇਟ ਕਾ ਬੇੜਾ ਗਰਕ ਕਰਕੇ ਅਬ ਯੂਟੀ ਬਣਾਈ, ਮੈਡੀਕਲ ਕਾਲਜ ਜੰਮੂ ਕੇ ਅੰਦਰ ਖੋਲ੍ਹਾ ਤੋ ਕਿਆ ਗਾਂਧੀ ਨਗਰ ਵਾਲਾ ਹਸਪੀਟਲ ਬੰਦ ਹੋ ਗਿਆ, ਸ਼ਾਲਾਮਾਰ ਕਾ ਹਸਪੀਟਲ ਸਾਹਿਬ ਕਿਆ ਵੋ ਬੰਦ ਹੋ ਗਿਆ, ਵੋ ਹਸਪੀਟਲ ਬੜ ਰਹੇ ਹੈ, ਲੇਕਿਨ ਜੇ ਜੋ ਕਠੂਆ ਕਾ ਮੈਡੀਕਲ ਕਾਲਜ ਬਣਾ, ਅਗਰ ਡਿਸਟ੍ਰਿਕਟ ਹਸਪੀਟਲ ਬਣਾ, ਮੈਡੀਕਲ ਕਾਲਜ ਬਣਾ, ਲੇਕਿਨ ਜੇ ਜੋ ਕਠੂਆ ਟਾਊਨ ਜਹਾਂ 1 ਲੱਖ ਕੀ ਪਾਪੂਲੇਸ਼ਨ ਹੈ ਜਹਾਂ, ਔਰ ਜਹਾਂ ਕਾ ਜਿਤਨਾ ਵੀ ਏਰੀਆ ਹੈ ਨਰੋਡ, ਬਮਿਆਲ, ਜਨਿਆਲ, ਜੋ ਬਾਰਡਰ ਹਮਾਰਾ ਪੜਤਾ ਹੈ, ਉਹ ਸਾਰੇ ਲੋਕ ਜਹਾਂ ਇਸ ਹਸਪੀਟਲ ਕੇ ਅੰਦਰ ਥੇ, ਆਸਾ ਆਸਾ ਕਰਕੇ ਕਿਸ ਸਾਜਿਸ਼ ਕੇ ਤਹਿਤ ਇਸ ਕਠੂਆ ਟਾਊਨ ਕੋ ਜਹਾਂ ਹਸਪੀਟਲ ਜੋ ਹੈ ਵੋ ਬੰਦ ਕਰ ਰਹੇ ਹੈ। ਅਭੀ ਜੇ ਕਹਿ ਰਹੇ ਹੈ ਐਕਸਰੇ ਮਸ਼ੀਨ, ਵੋ ਦੂਸਰੀ ਮਸ਼ੀਨੇ, ਅਲਟਰਾਸਾਊਂਡ ਕੀ ਮਸ਼ੀਨੇ ਜਹਾਂ ਸੇ ਉਠਾ ਕੇ ਰਾਮਨਗਰ ਭੇਜ ਰਹੇ ਹੈ, ਡਾਇਰੈਕਟਰ ਨੇ ਕੌਣ ਸਾ ਆਰਡਰ ਕੀਆ, ਵੋ ਡਾਕਟਰ ਇਸ ਕਠੂਆ ਕੇ ਹਸਪੀਟਲ ਕਾ ਬੇੜਾ ਗਰਕ ਕਰਨਾ ਚਾਹਤਾ ਹੈ, ਵੋ ਕੌਣ ਡਾਕਟਰ ਹੈ, ਕਿਸਕੇ ਆਰਡਰ ਕੇ ਤਹਿਤ ਕਰ ਰਿਹਾ, ਜੇ ਤਰੱਕੀ ਹੋ ਰਹੀ ਹੈ ਮੁਲਕ ਕੀ ਔਰ ਇਸ ਕਠੂਆ ਕੀ, ਜੇ ਤਰੱਕੀ ਹੈ ਭਾਸ਼ਣ ਤੋਂ ਬਹੁਤ ਦੇਤੇ ਹੈ, ਲੇਕਿਨ ਜੋ ਐਕਸਰੇ ਮਸ਼ੀਨ ਹੈ, ਜੋ ਹਮਾਰੀ ਅਲਟਰਾਸਾਊਂਡ ਮਸ਼ੀਨ ਹੈ, ਜੋ ECG ਕਰਨੇ ਵਾਲੇ ਮਸ਼ੀਨ ਹੈ, ਬਹੁਤ ਪੋਸਟਾਂ ਤੋਂ ਜਹਾਂ ਹੈ ਨਹੀਂ, ਬਹੁਤ ਡਾਕਟਰ ਤੋਂ ਹੈ ਨਹੀਂ, ਤਾਂ ਬੇੜਾ ਗਰਕ ਹੋ ਰਿਹਾ ਔਰ ਕਿਆ ਹੋ ਰਿਹਾ ਹੈ? ਅੰਗਰੇਜ਼ੀ ਕਹੀਂ ਐਸਾ ਤੋਂ ਨਹੀਂ, ਐਕਸਰੇ ਔਰ ਅਲਟਰਾਸਾਊਂਡ ਕੀ ਜਿਤਨੇ ਪ੍ਰਾਈਵੇਟ ਕਲੀਨਿਕ ਹੈ ਉਹਨੇ ਬੜਾਵਾ ਦੇਣੇ ਕੇ ਲਈ ਡਾਕਟਰੋਂ ਕੋਈ ਐਸੀ ਸਹਾਰ ਨਾ ਰਹੇ ਕਿਆ? ਦੇਖੋ ਪ੍ਰਾਈਵੇਟ ਵਾਲਾ ਜਿਤਨੀ ਮਸ਼ੀਨ ਹੈ, ਅਲਟਰਾਸਾਊਂਡ ਵਾਲੀ ਜਿਤਨੀ ਮਸ਼ੀਨ ਹੈ, ਉਨਕੀ ਖਰਾਬ ਨਹੀਂ ਹੋਤੀ ਹੈ, ਇਹ ਚਲਤੀ ਹੈ, ਇੱਕ ਹਫਤਾ ਚਲਤੀ ਹੈ, ਉਸਕੇ ਬਾਅਦ ਬੰਦ ਹੋਤੀ ਹੈ, ਸਭ ਮਿਲੀ ਵਕਤ ਸੇ ਹੋਤਾ ਹੈ, ਔਰ ਬੇੜਾ ਗਰਕ ਔਰ ਤਬਾਹੀ ਕਰਦੀ ਹੈ ਹਮਾਰੇ ਕਠੂਆ ਕੀ ਔਰ ਹਮਾਰਾ ਜੋ ਡਿਸਟ੍ਰਿਕਟ ਹਸਪੀਟਲ ਥਾ, ਇਸਕਾ ਜੱਚਾ ਬੱਚਾ ਹਸਪੀਟਲ ਥਾ, 22 ਪੋਸਟ ਥੀ, ਕੌਣ ਸੀ ਸਾਜਿਸ਼ ਕੇ ਤਹਿਤ, ਜਬ ਜੇ ਜੋ ਹਸਪੀਟਲ ਕੋ ਖਤਮ ਕੀ ਜਾ ਰਿਹਾ, ਆਜ ਜੇ ਵੀ ਡਾਕਟਰੋਂ ਸੇ ਪੁੱਛਤੇ ਹੈ, ਵੋ ਕਹਤੇ ਹੈ ਆਪ ਕਰਕੇ ਆ ਰਹੇ ਹੋ, ਚਲੋ ਉੱਪਰ ਮੈਡੀਕਲ ਕਾਲਜ ਮੇਂ, ਇਸਕੋ ਬੰਦ ਕਰਨਾ ਚਾਹਤੇ ਹੈ, ਜੇ ਸਾਜਿਸ਼ ਹੈ ਇਨਕੀ, ਲੇਕਿਨ ਇਸਕੇ ਖਿਲਾਫ ਹਮ ਪੂਰੇ ਕਠੂਆ ਕੋ ਆਪਕੇ ਮਾਧਿਅਮ ਸੇ ਅਪੀਲ ਕਰਤੇ ਹੈ, ਸਾਰੇ ਲੋਕ ਤਿਆਰ ਹੋ ਜਾ, ਜਹਾਂ ਧਰਨਾ ਲਗਾਏਗੇ, ਜਹਾਂ ਐਜੀਟੇਸ਼ਨ ਕਰਨੇ ਪੜੇਗੀ, ਜੈਸੇ 2018 ਕੇ ਅੰਦਰ ਇਸ ਹਸਪੀਟਲ ਕੋ ਉਠਾਇਆ ਜਾ ਰਿਹਾ ਥਾ, ਇਸੀ ਰੋਡ ਕੇ ਉੱਪਰ ਹਮਨੇ ਧਰਨਾ ਲਗਾਇਆ ਥਾ, ਉਸ ਵਕਤ ਉਹਨੇ ਹਸਪੀਟਲ ਕੋ ਜਹਾਂ ਹਮ ਲੋਕੋਂ ਨੇ ਰੋਕਾ ਥਾ, ਸਾਰੇ ਲੋਕ ਤੇ ਸ਼ਹਿਰ ਕੇ, ਆਜ ਵੀ ਮੈਂ ਆਪ ਲੋਕੋਂ ਕੋ ਕਹਿਣਾ ਚਾਹਤਾ ਹੂੰ, ਇਸ ਹਮਾਰਾ ਕਠੂਆ ਟਾਊਨ
ये तरक्की हो रही है, जिसको जो शहर के अंदर हॉस्पिटल है पूरा इंफ्रास्ट्रक्चर इसका बना हुआ है। ये करोड़ों रुपए की बिल्डिंग बनी है मेडिकल कॉलेज की, ताला लगा दिया, बेड़ा गर्क कर दिया, करोड़ों रुपए बर्बाद हो रहे हैं, ये बिल्डिंग बर्बाद हो रही है। क्यों नहीं देते, क्यों नहीं इस हॉस्पिटल को चलाते? इसलिए मैं आवाम को, सब लोगों को अपील करता हूँ, एक डॉक्टर इनके पास है नहीं, भाषण बहुत देते हैं, ये कह रहे हैं ECG चलाने वाला इनके पास नहीं है, अगर तो क्या तरक्की है हमारे जम्मू कश्मीर की, यूटी की? हमारा उल्टा बेड़ा घर कर कठुआ का कर रहे हैं जी सारे मिलके। इसलिए बर्दाश्त नहीं होगा, सारे लोग तैयार हो जाओ, हर आदमी परेशान है, कोई ना कोई बीमार हो जाता है। जहाँ एम्बुलेंस होती थी वो भी मुझे दिखाई नहीं देती, जहाँ से शिफ्ट करने के लिए है तो रेफर हॉस्पिटल जे भी, और मेडिकल कॉलेज भी है तो रेफर है। सारे लोग आए दिन मेडिकल कॉलेज के अंदर दो दो बच्चे इकट्ठे मर रहे हैं, कितनी मौतें होती हैं। तो ये जो सिस्टम है ये सारा बर्बाद करने वाला है, ख़राब करने वाला है। इसलिए मैं आवाम को, आवाम बोलेगी जागेगी तो सब कुछ ठीक हो जाएगा।